ਅਸਲਾਮੁਆਲੇਕ ਸਿਆਸੀ ਡੇਰਾ ਤੇ ਖੁਸ਼ਮਦਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਤੇ ਬੇਲੀਓ ਗੱਲ ਇਹ ਕਿ ਡੱਬਾ ਪੀਰ ਡੱਬਾ ਪੀਰ ਮਲਤਾਨੀ ਉਹਦੇ ਮੂੰਹ ਦੇ ਵਿੱਚ ਫਿਰ ਬਵਾਸੀਰ ਹੋ ਗਏ ਤੁਸੀਂ ਹੁਣ ਕਹਣਾ ਜੀ ਇਹ ਹੁਣ ਡੱਬਾ ਪੀਰ ਨੇ ਫਿਰ ਕੀ ਮਤਲਬ ਹੈ ਪ੍ਰੋਗਰਾਮ ਕਾਰ ਛੜਿਆ ਬੈ ਤੁਸੀਂ ਉਹਦੇ ਪਿੱਛੇ ਪੈ ਗਏ ਹੋ ਸਰ ਮੈਂ ਨਹੀਂ ਪਿੱਛੇ ਪੈ ਗਿਆ ਮੈਂ ਸਿਰਫ ਤੁਹਾਨੂੰ ਦੱਸ ਰਿਹਾ ਕਿ ਡੱਬਾ ਪੀਰ ਨੇ ਕੀ ਹਰਕਤ ਫਰਮਾਈ ਜੇ ਔਰ ਡੱਬਾ ਪੀਰ ਜਿਹੜਾ ਹੈ ਉਹ ਪਾਕਿਸਤਾਨ ਦੇ ਨਾਲ ਕੀ ਖੇਲ ਖੇਲਣ ਲੱਗਾ ਹੈ ਮੇਰੀ ਡਿਊਟੀ ਹੈ ਤੁਹਾਨੂੰ ਦੱਸਣਾ ਅੱਗੋਂ ਤੁਸੀਂ ਮੰਨੋ ਜਾਂ ਨਾ ਮੰਨੋ ਤੁਹਾਡੇ ਤੇ ਆਪਣਾ ਇਸ ਤੋਂ ਪਹਿਲਾਂ ਕਿਸੀ ਡੱਬਾ ਪੀਰ ਦਾ ਡੱਬਾ ਫੋਲੀਏ ਉਹਦੇ ਡੱਬੇ ਦੇ ਉੱਤੇ ਛਤਰੌਲ ਕਰੀਏ ਸਿਆਸੀ ਡੇਰਾ ਨੂੰ YouTube ਤੇ ਸਬਸਕ੍ਰਾਈਬ ਕਰਕੇ ਤੇ ਮੁਹੱਬਤ ਜਿਹੜੀ ਹੈ ਪੂਰੀ ਠੋਕ ਤੇ ਸਰਕਾਰ ਗੱਲ ਇੱਕ ਡੱਬਾ ਪੀਰ ਕਹਿੰਦਾ ਹੁਣ ਤੁਸੀਂ ਕਹਿੰਦੇ ਡੱਬਾ ਪੀਰ ਕੌਣ ਉਹ ਸ਼ਾਹ ਮਮੂਦ ਕੁਰੇਸ਼ੀ ਵਜ਼ੀਰ ਖਰਜਾ ਬਸ ਜਿਨਨੇ ਤਿੰਨਾਂ ਸਾਲਾਂ ਚ ਖਰਜਾ ਮਹਾਜ ਦਾ ਤੜਨ ਤਖਤਾ ਕਰ ਦਿੱਤਾ ਸਾਰੇ ਦੇ ਸਾਰੇ ਮੁਲਕ ਦੁਸ਼ਮਣ ਬਣਾ ਲਾ ਕੋਈ ਦੋਸਤ ਛੱਡੇ ਨਾ ਚੀਨ ਤੋਂ ਲੈ ਕੇ ਸਾਊਦੀ ਅਰਬ ਤੱਕ ਕੱਖ ਨਹੀਂ ਛੱਡਿਆ ਤੁਰਕੀ ਤੱਕ ਉਹ ਕਹਿੰਦਾ ਫਰਮਾਂਦਾ ਕਿ ਤਲਬਾਨ ਜਿਹੜੇ ਨੇ ਬੜੇ ਨਫੀਸ ਬੜੇ ਜ਼ਹੀਨ ਬੜੇ ਪਿਆਰੇ ਬੜੇ ਮਿੱਠੇ ਬੜੇ ਛੋਨੇ ਛੋਨੇ ਹੁਣ ਤੁਸੀਂ ਅੰਦਾਜ਼ਾ ਕਰ ਲਓ ਕਿ ਪਾਕਿਸਤਾਨ ਦਾ ਵਜ਼ੀਰ-ਏ-ਖਾਰਜਾ ਇਹ ਕੀ ਕਹਿ ਰਿਹਾ ਗੱਲ ਬੜੀ ਗਹਿਰਾਈ ਦੇ ਵਿੱਚ ਸੋਚਣ ਵਾਲੀ ਜ ਹੈ ਔਰ ਇਹ ਕਿਉਂ ਕਹਿ ਰਿਹਾ ਔਰ ਪ੍ਰੀ ਪਲਾਨ ਕਹਿ ਰਿਹਾ ਕਿ ਤਾਲਬਾਨ ਜਿਹੜੇ ਨੇ ਉਹ ਬੜੇ ਸੋਹਣੇ ਬੜੇ ਖੂਬਸੂਰਤ ਬੜੇ ਸਾਦਾ ਉਹਨਾਂ ਦਾ ਲਿਬਾਸ ਬੜਾ ਸਾਦਾ ਹੈ ਉਹਨਾਂ ਦੀ ਚਾਲ ਬੜੀ ਸਾਦੀ ਏ ਉਹਨਾਂ ਦੀ ਗੁਫ਼ਤਗੂ ਬੜੀ ਮਠਾਸ ਵਾਲੀ ਏ ਉਹਨਾਂ ਦਾ ਤਰਜ਼ੇ ਜ਼ਿੰਦਗੀ ਬੜਾ ਸੋਹਣਾ ਹੈ ਮਸਵਾਕ ਬੜੀ ਸੋਹਣੀ ਕਰਦੇ ਨੇ ਇਹ ਕੌਣ ਕਹਿ ਰਿਹਾ ਪਾਕਿਸਤਾਨ ਦਾ ਵਜ਼ੀਰ ਖਰਚਾ ਔਰ ਮੈਨੂੰ ਹਜੇ ਤੱਕ ਵੀ ਮਤਲਬ ਏ ਕਿ ਯਕੀਨ ਨਹੀਂ ਆ ਰਿਹਾ ਕਿ ਸਾਡੇ ਜਿਹੜੇ ਸਿਕਿਉਰਿਟੀ ادارے ਨੇ ਉਹਨਾਂ ਹਜੇ ਤੱਕ ਇਹਨੂੰ ਫੜ ਕੇ ਇਹਦੀ ਲਾਲ ਕਿਉਂ ਨਹੀਂ ਕੀਤੀ ਕਿ ਇਹ ਕੀ ਬਕਵਾਸ ਯਾਦ ਕਰ ਰਿਹਾ ਹਜੇ ਤੇ ਸਾਡੇ ਦੇ ਉੱਤੇ ਪਾਕਿਸਤਾਨ ਦੇ ਉੱਤੇ ਜਿਹੜੀ ਕਤਲੋਗਾਰਤ ਉਹਨਾਂ ਕੀਤੀ ਸੀ ਉਹਦੇ ਤੇ ਹਜੇ ਜਿਹੜੇ ਖੂਨ ਦੇ ਦब्बे ਨੇ ਉਹ ਨਹੀਂ ਲੱਥੇ 80 ਹਜ਼ਾਰ ਪਾਕਿਸਤਾਨੀ ਉਹਨਾਂ ਨੇ ਸ਼ਹੀਦ ਕੀਤਾ ਇਹਨਾਂ ਤਾਲਬਾਨਾਂ ਨੇ ਜਿਨ੍ਹਾਂ ਦੇ ਬਾਰੇ ਉਹ ਕਹਿ ਰਿਹਾ ਕਿ ਉਹ ਬੜੇ ਖੂਬਸੂਰਤ ਨੇ ਬੜੇ ਜ਼ਹੀਨ ਨੇ ਬੜੇ ਫਲਾਣੇ ਨੇ ਬੜੇ ਢਿੰਗਰੇ ਨੇ ਤੇ ਮੈਂ مشورہ ਇਹ ਦੇ ਆਦਾ ਕਿ ਸ਼ਾਹ ਸਾਹਿਬ ਤੁਸੀਂ ਫਿਰ ਆਪਣੀਆਂ ਜਿਹੜੀਆਂ ਤੁਹਾਡੀਆਂ ਔਰਤਾਂ ਨੇ ਕਾਬਲੇ ਇਤਰਾਮ ਉਹਨਾਂ ਦੇ ਰਿਸ਼ਤੇ ਕਿਉਂ ਨਹੀਂ ਕਰ ਦਿੰਦੇ ਤਾਲਬਾਨਾਂ 'ਚ ਆਪਣੀਆਂ ਬੱਚੀਆਂ ਦੇ ਰਿਸ਼ਤੇ ਕਿਉਂ ਨਹੀਂ ਕਰ ਦਿੰਦੇ ਤਾਲਬਾਨਾਂ 'ਚ ਔਰ ਉਹਨਾਂ ਦੇ ਨਾਲ ਰਿਸ਼ਤੇਦਾਰੀ ਕਿਉਂ ਨਹੀਂ ਤੁਸੀਂ ਵਿਦਾਂਦੇ ਇਸ ਤਰ੍ਹਾਂ ਕਿਉਂਕਿ ਪਾਕਿਸਤਾਨ ਦੇ ਵਿੱਚੋਂ ਤੇ ਤੁਹਾਨੂੰ ਕੋਈ ਨਫੀਸ ਕੋਈ ਅੱਛਾ ਕੋਈ ਪਿਆਰਾ ਕੋਈ ਮਿੱਠਾ ਉਹ ਤੇ ਲੱਭਣਾ ਨਹੀਂ ਕਿਉਂਕਿ ਤੁਸੀਂ ਖੁਦ ਕਰ ਰਹੇ ਹੋ ਕਿ ਉਹ ਬੜੇ ਅੱਛੇ ਨੇ ਬੜੇ ਨਫੀਸ ਨੇ ਲਿਬਾਸ ਬੜਾ ਸਾਦਾ ਹੈ ਤੇ ਫਲਜ਼ਬਾਨ ਬੜੀ ਸਾਦੀ ਹੈ ਤੇ ਸ਼ਾਹ ਸਾਹਿਬ ਤੁਸੀਂ ਕਿਉਂ ਨਹੀਂ ਰਿਸ਼ਤੇਦਾਰੀ ਉਹਨਾਂ ਨਾਲ ਕਰਦੇ ਉਹਨਾਂ ਨੂੰ ਰਿਸ਼ਤੇ ਦਿਓ ਵੀ ਤੇ ਰਿਸ਼ਤੇ ਲਵੋ ਵੀ ਔਰ ਜਾਓ ਜਾ ਕੇ ਉਹਨਾਂ ਦੇ ਨਾਲ ਰਹੋ ਤੇ ਪਾਕਿਸਤਾਨ ਦੇ ਸ਼ਾਹ ਸਾਹਿਬ ਤੁਸੀਂ ਕਾਹਦੇ ਵਜ਼ੀਰ-ਏ-ਖਾਰਜਾ ਲੱਗੇ ਹੋ ਔਰ ਪੂਰੀ ਦੁਨੀਆ ਜਿਹੜੀ ਹੈ ਇਸ ਬੰਦੇ ਦਾ ਬਿਆਨ ਸੁਣ ਕੇ ਚੌਂਕ ਗਈ ਔਰ ਕਹੇ ਕਿ ਇਸ ਮੁਲਕ ਦਾ ਕੋਈ ਵాలి ਵਾਰਿਸ ਨਹੀਂ ਕਿਸ ਮੁਲਕ ਦਾ ਵਜ਼ੀਰ ਖਾਰਜਾ ਇਹ ਕਹ ਰਿਹਾ ਤਾਲ ਬਾਨਾਂ ਦੇ ਬਾਰੇ ਕਿ ਉਹ ਨਫੀਸ ਨੇ ਉਹ ਬੜੇ ਸਾਦਾ ਨੇ ਉਹ ਬੜੇ ਮਿੱਠੇ ਨੇ ਉਹ ਬੜੇ ਅੱਛੇ ਨੇ ਉਹ ਬੜੇ ਫਲਾਣ ਨੇ ਪੂਰੀ ਦੁਨੀਆ ਸ਼ਾਕੋਖ ਰਹਿ ਗਈ ਲੇਕਿਨ ਪਾਕਿਸਤਾਨ ਵਿੱਚ ਕੋਈ ਤਸ ਤਮਸ ਨਹੀਂ ਹੋਇਆ ਇਹ ਬਹੁਤ ਵੱਡੀ ਸਾਜ਼ਿਸ਼ ਇਹ ਤੁਸੀਂ ਖੁਦ ਲੱਭੋ ਕਿ ਸ਼ਾਹ महमूद ਗੁਰੀਸ਼ੀ ਨੇ ਇਹ ਇਹ ਲਫ਼ਜ਼ ਕਿਉਂ ਬਿਆਨ ਕੀਤੇ ਨੇ 80 ਹਜ਼ਾਰ ਪਾਕਿਸਤਾਨੀ ਸ਼ਹੀਦ ਕੀਤਾ पता नहीं त्री पैंती हज़ार साढ़े फौजी जवान फौजी अफसरान शहीद होए पता नहीं किन्ने हज़ार साढ़े पुलिस के नौजवान पुलिस के अफसरान शहीद होए कि हज़ार आम शहरी शहीद होैमलियां उजड़ गई उजड़ गए कि खानदान उजड़ गए और हजे तक ਉਹ ਜ਼ਖਮ ਜਿਹੜੇ ਨੇ ਉਹ ਤਾਜ਼ਾ ਨੇ ਔਰ ਇਹ ਕਹਿ ਰਿਹਾ ਕਿ ਤਾਲੀਬਾਨ ਬੜੇ ਨਫੀਸ ਬੜੇ ਪਿਆਰੇ ਬੜੇ ਹੱਛਲ ਤੇ ਬਾਬਾ ਰਿਸ਼ਤੇ ਕਰੋ ਉਹਨਾਂ ਨਾਲ ਉਹਨਾਂ ਨੂੰ ਬੱਚੀਆਂ ਦੇ ਰਿਸ਼ਤੇ ਦਿਓ ਔਰ ਉਹਨਾਂ ਨੂੰ ਅਪਣਾ ਲਓ ਲੇਕਿਨ ਉਧਰ ਜਾ ਕੇ ਪਾਕਿਸਤਾਨ ਵਿੱਚ ਨਹੀਂ ਸਾਡੇ ਮੁਲਕ ਵਿੱਚ ਨਹੀਂ ਔਰ ਮੈਂ ਹਜੇ ਤੱਕ ਵੀ ਹੈਰਾਨ ਹ ਕਿ ਹਜੇ ਉਹ ਜ਼ਖਮ ਇੰਨੇ ਤਾਜ਼ਾ ਨੇ ਕੋਈ ਸਕੂਲ ਨਹੀਂ ਛੱਡਿਆ ਉਹਨਾਂ ਜਿੱਥੇ ਤਮਾਕੀ ਨਾ ਹੋਇਆ। ਬੱਚੇ ਬੱਚੇ ਯੰਗ ਛੋਟੇ ਛੋਟੇ ਬੱਚੇ ਮਾਰ ਛੜੇ। ਕੋਈ ਕਾਲਜ ਨਹੀਂ ਛੱਡਿਆ। ਹਸਪਤਾਲ ਨਹੀਂ ਛੱਡੇ। ਉਸ ਤੋਂ ਬਾਅਦ ਕੋਈ ਮਸਜਿਦ ਨਹੀਂ ਛੱਡੀ। ਚਰਚ ਨਹੀਂ ਛੱਡੇ। ਕੋਈ ਮਾਰਕੀਟਾਂ ਨਹੀਂ ਛੱਡੀਆਂ। ਜਿੱਥੇ ਉਹਨਾਂ ਨੇ ਪਾਕਿਸਤਾਨ ਦੇ ਲੋਕਾਂ ਦਾ ਕਤਲ ਨਾ ਕੀਤਾ ਹੈ। ਔਰ ਇਹ ਕਹਿ ਰਿਹਾ ਕਿ ਉਹ ਬੜੇ ਹੱਛੇ, ਬੜੇ ਨਫੀਸ, ਬੜੇ ਪਿਆਰੇ, ਬੜੇ ਸੋਹਣੇ। ਕੀ ਕੋਈ ਕਿਸੇ ਮੁਲਕ ਦਾ ਵਜ਼ੀਰ-ਏ-ਖਰਜਾ ਇਸ ਤਰ੍ਹਾਂ ਦਾ ਬਿਆਨ ਦੇ ਸਕਦਾ ਮਿਠਿਓ ਇਹਦੇ ਵਿੱਚ ਮੈਂ ਕਹਿ ਰਿਹਾ ਕਿ ਬਹੁਤ ਵੱਡੀ ਸਾਜ਼ਿਸ਼ ਹੈ ਇਸ ਬਿਆਨ ਦੇ ਵਿੱਚ ਔਰ ਇਹ ਬਿਆਨ ਜਿਹੜਾ ਸੋਚੀ ਸਮਝੀ ਮਨਸੂਬੇ ਦੇ ਤਹਿਤ ਦਿੱਤਾ ਗਿਆ ਔਰ ਉਹ ਦੰਦ ਨਨਾਂਦੇ ਫਿਰਦੇ ਨੇ ਪਸ਼ਾਵਰ ਵਿੱਚ ਵੀ ਔਰ ਗਲਗਰ ਤੇ ਵਿੱਚ ਵੀ ਉਹਨਾਂ ਦੀਆਂ ਵੀਡੀਓਜ਼ ਆ ਚੁੱਕੀਆਂ ਲੇਕਿਨ ਕੋਈ ਬੰਦਾ ਟੱਸ ਤੋਂ ਮੱਸ ਨਹੀਂ ਰਿਹਾ ਵਜ਼ੀਰਸਤਾਨ ਦੇ ਲੋਕ ਚੀਖ ਚੀਖ ਕੇ ਕਹਿ ਰਹੇ ਨੇ ਕਿ ਤਾਲਬਾਨ ਇੱਥੇ ਆ ਗਏ ਜੇ ਇਹਨਾਂ ਦਾ ਇਹਨਾਂ ਨੂੰ ਰੋਕ ਲਓ ਲੇਕਿਨ ਕੋਈ ਬੰਦਾ ਟਸ ਤਮਸ ਨਹੀਂ ਹੋ ਰਿਹਾ ਔਰ ਵਜ਼ੀਰ ਖਰਜਾ ਕਹਿ ਰਿਹਾ ਕਿ ਉਹ ਬੜੇ ਪਿਆਰੇ ਨੇ ਉਹ ਬੜੇ ਨਫੀਸ ਨੇ ਜਿਹੜੇ 80 ਹਜ਼ਾਰ ਖਾਨਦਾਨ ਉਜੜੇ 80 ਹਜ਼ਾਰ ਲਾਸ਼ਾਂ ਉਠਾਈਆਂ ਉਹ ਉਹਨਾਂ ਦੇ ਜਿਹੜੇ ਖਾਨਦਾਨ ਦੇ ਲੋਕ ਨੇ ਉਹ ਕੀ ਸੋਚਦੇ ਹੋਣਗੇ ਕਿ ਇਸ ਮੁਲਕ ਦਾ ਵਜ਼ੀਰ ਖਰਜਾ ਇਹ ਕਰ ਪੂਰੀ ਦੁਨੀਆ ਸ਼ਾਕ ਹੋ ਗਈ ਹੈ ਲੇਕਿਨ ਪਾਕਿਸਤਾਨ ਦੇ ਵਿੱਚ ਕਿਸੇ ਨੇ ਨੋਟਿਸ ਨਹੀਂ ਲਿਆ ਇਸ ਬਿਆਨ ਦਾ ਲੱਗਦਾ ਹੈ ਜਿਵੇਂ ਕਿ ਸਭ ਰਲੇ ਨੇ ਸਭ ਹੀ ਜਿਹੜਾ ਟਕੇ ਟੋਕਰੀ ਹੋ ਗਏ ਨੇ ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਸ਼ੇਰ ਵਰਗਾ ਜਿਗਰਾ ਚਾਹੀਦਾ ਨਵਾਜ਼ ਸ਼ਰੀਫ ਆਇਆ ਉਹਨੇ ਕਿਹਾ ਮੈਂ ਆਖਰੀ ਦਸ਼ਤਗਰਤਾ ਕਰਨ ਦਾ ਪਿੱਛਾ ਕਰਾਂਗਾ ਔਰ ਅਲhamdulillah ਦਸ਼ਤਗਰਦਗੀ ਖਤਮ ਕਰਕੇ ਗਿਆ ਲੇਕਿਨ ਏ ਜਿਸ ਦਿਨ ਆਏ ਨੇ ਇਹ ਤੇ ਆਂਦੇ ਸੀ ਅਸੀਂ ਉਹਨਾਂ ਨੂੰ ਦਫ਼ਤਰ ਬਣਾ ਕੇ ਦੇਣਾ ਪਸ਼ਾਵਰ ਚ ਉਹ ਇਲੈਕਸ਼ਨ ਲੜਨ ਉਹਨਾਂ ਨੇ ਉੱਥੇ ਆਪਣੀਆਂ ਅਦਾਲਤਾਂ ਲਾ ਲਈਆਂ ਉਹਨਾਂ ਨੇ ਆਪਣਾ ਸਿਸਟਮ ਕਰ ਲਿਆ ਅੱਜ ਫਿਰ ਇਹੋ ਹੀ ਲੋਗ ਉਹਨਾਂ ਨੂੰ ਦਾਵਤ ਦੇ ਰਹੇ ਨੇ ਜਿਹੜੇ 2013 ਚ ਉਹਨਾਂ ਦਾ ਦਫ਼ਤਰ ਉੱਥੇ ਬਣਾਉਂਦੇ ਸੀ ਔਰ ਪਾਕਿਸਤਾਨ ਦੇ ਬੱਚੇ ਬੱਚੇ ਨੂੰ ਕਤਲ ਕਰ ਰਹੇ ਸੀ ਤੇ ਇਸ ਵਾਸਤੇ ਪਾਕਿਸਤਾਨੀਓ ਇਹ ਗੰਦਾ ਖੇਲ ਖੇលਿਆ ਜਾ ਰਿਹਾ ਹੈ ਇਸ ਗੰਦੇ ਖੇਲ ਨੂੰ ਪਹਿਚਾਣੋ ਆਪਣੇ ਮੁਲਕ ਨੂੰ ਬਚਾਓ ਇਹ ਜਿਹੜੀ ਤਬਦੀਲੀ ਹੈ ਇਹ ਤੁਹਾਡਾ ਕੱਖ ਨਹੀਂ ਛੱਡਣਾ ਇਹਨੇ ਔਰ ਛੱਡਿਆ ਆਲਰੇਡੀ ਕੱਖ ਨਹੀਂ ਲੇਕਿਨ ਇਹ ਜਾਂਦਿਆਂ ਜਾਂਦਿਆਂ ਤੁਹਾਡੇ ਉੱਤੇ ਇਹ ਤਲਬਾਨ ਔਰ ਦਸ਼ਤਗਰਦ ਫਿਰ ਮੁਸੱਲਤ ਕਰਨਾ ਚਾਹੁੰਦੇ ਨੇ ਤੇ ਆਪਣੇ ਮੁਲਕ ਦੀ ਹਫਾਜ਼ਤ ਕਰ ਲਓ ਔਰ ਮੈਂ ਸਿਕਿਉਰਿਟੀ ਏਜੰਸੀਆਂ ਨੂੰ ਵੀ ਕਹਿਣਾ ਬਾਜਵਾ ਸਾਹਿਬ ਅੱਗੇ ਵੀ ਅਪੀਲ ਕਰਨਾ ਕਿ ਇਹਦੇ ਬਿਆਨ ਦਾ ਨੋਟਿਸ ਲਾਓ ਇਹਨੇ 21 ਖੱਚ ਮਾਰੀਏ ਤੇ ਆਪਣੇ ਮੁਲਕ ਦੀ ਹਫਾਜ਼ਤ ਸਾਡੀ ਜ਼ਰੂਰੀ ਏ ਔ ਲੋਗ ਨੇ ਡੱਬਾ ਪੀਰ ਵਰਗੇ ਮੈਂ ਜਿਨ੍ਹਾਂ ਦਾ ਦਾਦਿਓ ਪਰਦਾਦਿਓ ਹੀ ਪਾਕਿਸਤਾਨ ਨਾਲ ਕੋਈ ਤਲਕ ਨਹੀਂ ਇਹ ਏਜੰਟ ਨੇ ਔਰ ਏਜੰਟ ਹੀ ਰਹਿਣਗੇ ਪਾਕਿਸਤਾਨ ਜ਼ਿੰਦਾਬਾਦ